ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰਡ ਅਪਰਾਧੀ ਹੈ ਜਿੱਥੇ ਕਿ ਚੋਰਾਂ ਵੱਲੋਂ 5 ਬੱਸਾਂ, 5 ਟਰੱਕ, 1 ਗੱਡੀ ਅਤੇ 1 ਟਰੈਕਟਰ ਅਤੇ ਸੈਲਰ ਤੋਂ 2 ਮੋਟਰਾਂ ਚੋਰੀ ਕਰ ਲਈਆਂ ਗਈਆਂ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਮ ਦੀ ਤਰ੍ਹਾਂ ਹੀ ਬੱਸਾਂ ਪੈਟਰੋਲ ਪੰਪ 'ਤੇ ਲਾ ਕੇ ਆਪਣੇ ਘਰ ਚਲੇ ਗਏ, ਪਰ ਜਦੋਂ ਉਹਨਾਂ ਨੇ ਸਵੇਰੇ ਆ ਕੇ ਬੱਸ ਸਟਾਰਟ ਕਰਨੀ ਚਾਹੀ ਤਾਂ ਬੱਸ ਸਟਾਰਟ ਨਹੀਂ ਹੋ ਰਹੀ ਸੀ ਅਤੇ ਜਦੋਂ ਉਹਨਾਂ ਨੇ ਬੈਟਰੀ ਦੇਖੀ ਤਾਂ ਬੱਸ ਦੀ ਬੈਟਰੀ ਗਾਇਬ ਸੀ। ਇਸੇ ਤਰ੍ਹਾਂ ਹੀ ਹੋਰ ਬੱਸਾਂ ਦੀਆਂ ਵੀ ਬੈਟਰੀਆਂ ਗਾਇਬ ਪਾਈਆਂ ਗਈਆਂ ਅਤੇ ਲਗਭਗ 5 ਟਰੱਕਾਂ ਦੀਆਂ ਵੀ ਬੈਟਰੀਆਂ ਕੱਢ ਕੇ ਚੋਰ ਲੈ ਗਏ ਅਤੇ 1 ਟਰੈਕਟਰ ਅਤੇ 1 ਗੱਡੀ ਦੀ ਵੀ ਬੈਟਰੀ ਚੋਰਾਂ ਵੱਲੋਂ ਕੱਢ ਲਈ ਗਈ। ਇਸ ਸੰਬੰਧ ਵਿੱਚ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ CCTV ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਿਸ ਦੇ ਆਧਾਰ 'ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਕੀ ਨਾਮ ਆਪਣਾ ਜੀ? ਤੇਜਿੰਦਰ ਸਿੰਘ ਭਾਜੀ। ਤੇਜਿੰਦਰ ਭਾਜੀ ਕੀ ਕਰਦੇ ਹੋ ਤੁਸੀਂ? ਭਾਜੀ ਕਨੈਕਟਰੀ ਕਰਦਾ ਵਾਸਤੇ। ਹਾਂਜੀ ਹਾਂਜੀ। ਅਤੇ ਕੀ ਹੋਇਆ ਰਾਤੀ ਫਿਰ? ਭਾਜੀ ਆਪਣੇ ਬੱਸਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ, ਤਿੰਨਾਂ ਬੱਸਾਂ ਦੀਆਂ। ਉਹੀ ਕਮਾਉਣਾ ਉਹੀ ਅਸੀਂ ਖਾਣਾ ਹੁੰਦਾ ਭਾਜੀ, ਕਿਹੜੇ ਮਰ ਗਏ ਸਾਡੇ। ਹਾਂਜੀ। ਅਤੇ ਕਿੰਨੀਆਂ ਬੱਸਾਂ 'ਚੋਂ ਕੱਢੀਆਂ ਬੈਟਰੀਆਂ? ਇਹ ਭਾਜੀ 3 ਗੋਲਡਨ ਬੱਸਾਂ, 1 ਗੋਗਨਾ, 1 ਥਾਂਦੀ ਬੱਸ, 4 5 ਬੱਸਾਂ ਨੇ ਭਾਜੀ। 5 ਬੱਸਾਂ? ਹਾਂਜੀ ਹਾਂਜੀ। 1 ਬੈਟਰੀ ਕਿੰਨੀ ਕਿੰਨੀ ਕੋਸਟ ਦੀ ਹੁੰਦੀ ਭਾਜੀ? 12-13 ਹਜ਼ਾਰ ਦੀ ਨੋਰਮਲ ਦੇਸੀ ਬੈਟਰੀ, ਜੇ ਸਸਤੀ ਕਹਿ ਦਿੰਦੇ ਆਪਾਂ। ਸਸਤੀ? ਹਾਂਜੀ ਹਾਂਜੀ। 20-25 ਹਜ਼ਾਰ ਦੇ ਹੋ ਜਾਂਦੇ ਇੱਕ ਬੈਟਰੀ। ਇੱਕ ਬੈਟਰੀ? ਹਾਂਜੀ। ਅਤੇ ਪੁਲਿਸ ਕੋਲ ਗਏ ਤੁਸੀਂ? ਹਾਂਜੀ ਭਾਜੀ। ਸ਼ਿਕਾਇਤ ਕਰਤੀ? ਹਾਂਜੀ ਭਾਜੀ। ਕੀ ਕਿਹਾ ਉਹਨਾਂ ਨੇ? ਉਹਨੇ ਕਿਹਾ ਵੀ ਕਾਰਵਾਈ ਕਰਾਂਗੇ ਆਪਾਂ। ਕਰਾਂਗੇ? ਹਾਂਜੀ ਹਾਂਜੀ। ਅਤੇ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਹਾਂ ਵੀ ਚੋਰਾਂ ਨੂੰ ਫੜਿਆ ਜਾਵੇ, ਕੱਲ੍ਹ ਨੂੰ ਸਾਡੀ ਗੱਡੀ ਹੋਰ ਕੋਈ ਨੁਕਸਾਨ ਹੋਵੇ, ਅਸੀਂ ਉਹੀ ਖਾਣਾ ਉਹੀ ਕਮਾਉਣਾ ਔਖਾ ਹੋ ਜਾਂਦਾ ਭਾਜੀ। ਹਾਂਜੀ। ਕੰਮ ਕਿੱਦਾਂ ਚੱਲਦਾ ਗੱਡੀਆਂ ਦਾ, ਬੱਸਾਂ ਦਾ? ਕੰਮ ਭਾਜੀ ਬਹੁਤ ਮੰਦਾ ਚੱਲਦਾ, ਸਮਾਂ ਸਿੱਕਾ ਹੀ ਆ ਜੀ। ਹਾਂਜੀ ਹਾਂਜੀ। ਭਾਜੀ ਕੀ ਨਾਮ ਆਪਣਾ ਜੀ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ। ਗੁਰਜੀਤ ਸਿੰਘ? ਹਾਂਜੀ ਹਾਂਜੀ। ਭਾਜੀ ਕੀ ਕੰਮ ਕਰਦੇ ਹੋ? ਆਪਾਂ ਡਰਾਈਵਰੀ ਕਰਦੇ ਹਾਂ ਭਾਜੀ। ਅਤੇ ਕਦੋਂ ਪਤਾ ਲੱਗਿਆ ਕਿ ਬੈਟਰੀਆਂ ਚੋਰੀ ਹੋ ਗਈਆਂ? ਕੱਲ੍ਹ ਭਾਜੀ ਸ਼ਾਮੀ ਅਸੀਂ ਗੱਡੀ ਦਾ ਧੋ ਕੇ ਆਪਣੀ ਬੜੀ ਸੋਹਣੀ 7 ਵਜੇ ਗਏ ਹਾਂ, 7:15 ਵਜੇ ਮੈਂ 7 ਵਜੇ ਬੱਸ ਚੜ੍ਹ ਕੇ ਗਿਆ ਇੱਥੋਂ। ਅਤੇ ਸਵੇਰ ਨੂੰ ਜਦੋਂ ਆਏ ਅਸੀਂ ਆ ਕੇ ਗੱਡੀਆਂ ਕੱਢੀਆਂ, ਗੱਡੀ ਦੇ ਵਿੱਚ ਬੈਟਰੀਆਂ ਨਹੀਂ, 1 ਸੈਲਫ ਮਾਰਨ ਲੱਗੀ ਉਹ 'ਚ ਵੀ ਨਹੀਂ ਹੈਗੀ, ਕਹਿੰਦੇ ਦੂਜੀ ਵੀ ਡਾਊਨ ਹੋਣੀ ਉਹ ਦੇਖ ਲੈਂਦੇ ਹਾਂ, ਉਹ 'ਚ ਵੀ ਨਹੀਂ ਹੈਗੀ, ਅਤੇ ਤੀਜੀ ਦੇਖੀ ਉਹ 'ਚ ਵੀ ਨਹੀਂ ਸੀਗੀ। ਅਤੇ ਅਸੀਂ ਮਾਲਕ ਨੂੰ ਫੋਨ ਕੀਤਾ ਸੀਗਾ ਵੀ ਇੱਦਾਂ ਕਰਕੇ ਬੈਟਰੀਆਂ ਚੋਰੀ ਹੋ ਗਈਆਂ, 2 ਗੱਡੀਆਂ ਸਟਾਰਟ ਕੀਤੀਆਂ ਅਤੇ ਉਹ ਲੈ ਗਏ, ਉਹ ਘਰ ਸੀਗੀਆਂ ਖੜੀਆਂ, ਇਹਨਾਂ ਦਾ ਬਚਾਅ ਹੋ ਗਿਆ, ਨਹੀਂ ਤਾਂ ਇੱਥੋਂ ਵੀ ਨਿਕਲ ਜਾਣੀਆਂ ਸੀਗੀਆਂ। ਅਤੇ ਉਸ ਤੋਂ ਬਾਅਦ ਫਿਰ ਦੋ ਦਾ ਗੇੜਾ ਲੈ ਗਏ ਅਸੀਂ, 1 ਦਾ ਗੇੜਾ ਮਿਸ ਹੋ ਗਿਆ, ਉਹ 'ਚ ਸਾਨੂੰ ਕੋਈ ਬਚਣਾ ਹੁੰਦਾ ਭਾਅ ਜੀ, ਤੇਲ ਮਸੀਂ ਪੂਰਾ ਹੁੰਦਾ ਗੱਡੀਆਂ ਦਾ ਤਾਂ, ਤੇਲ ਵੀ ਨਹੀਂ ਪੂਰਾ ਹੁੰਦਾ। ਦਿਹਾੜੀ ਹੁਣ ਡਰਾਈਵਰ ਦੀ ਹੈਗੀ, ਤੁਹਾਨੂੰ ਪਤਾ 400-500 ਰੁਪਏ ਡਰਾਈਵਰ ਦੀ ਦਿਹਾੜੀ ਆ, 400 ਰੁਪਏ ਕਨੈਕਟਰ ਦੀ ਦਿਹਾੜੀ ਆ, 1500-1600 ਦਾ ਗੱਡੀ ਤੇਜ਼ ਖਾ ਜਾਂਦੀ ਆ, ਉਹ ਤੋਂ ਬਚਦਾ ਕੁਛ ਵੀ ਨਹੀਂ ਹੈਗਾ, ਸ਼ਾਮ ਨੂੰ 500-700 ਹੀ ਬਚਦਾ ਆ, 12-13 ਹਜ਼ਾਰ ਦੀ ਬੈਟਰੀ ਆ। ਹੁਣ ਅਸੀਂ ਪੁਲਿਸ ਜਾ ਕੇ ਰਿਪੋਰਟ ਵੀ ਕੀਤੀ ਆ ਉੱਥੇ, ਅਤੇ ਉਹ ਕਹਿੰਦੇ ਆ ਵੀ ਕੋਈ ਨਹੀਂ ਕਾਰਵਾਈ ਕਰਦੇ, ਉੱਥੇ ਇੱਕ ਮੁਲਾਜ਼ਮ ਬੈਠਾ ਹੀ ਚੌਂਕੀ ਦੇ ਵਿੱਚ, ਉਹ ਕਹਿੰਦੇ ਕਾਰਵਾਈ ਕਰਦੇ, ਹਜੇ ਤੱਕ ਕੋਈ ਫੋਨ ਨਹੀਂ ਆਇਆ ਸਾਨੂੰ। ਹਾਂ, ਅਤੇ ਅਸੀਂ ਕੈਮਰੇ ਵੀ ਚੈੱਕ ਕੀਤੇ ਸੀ ਉੱਥੇ, ਜਾਣੀ ਕਿ ਜੇ ਬੱਚੇ ਦਾ ਪੈਰ ਜਿਹਾ ਹੀ ਆਉਂਦਾ ਹੈ ਵਿੱਚ, ਅਤੇ ਉਹ ਮਾਲਕ ਨੇ ਗੱਲ ਕੀਤੀ, ਉਹ ਕਹਿੰਦੇ ਦੇਖਦੇ ਹਾਂ ਵੀ ਕਿੱਦਾਂ ਗੱਲਬਾਤ ਬਣਦੀ ਆ। ਕੈਮਰੇ ਦੇ ਵਿੱਚ ਪੂਰਾ ਨਹੀਂ ਆਇਆ? ਕੈਮਰੇ 'ਚ ਨਹੀਂ ਆਇਆ ਹੈਗਾ ਪੂਰਾ, ਜਾਣੀ ਕਿ ਅਸੀਂ ਬੰਪ ਵਾਲੇ ਨੂੰ ਵੀ ਕਹੀ ਕਿ ਆਪਣੀ ਬੈਠਕ ਰੱਖਿਆ ਕਰੋ, ਅਤੇ ਜੇ ਤੁਸੀਂ 4 ਵਜੇ ਆਪਣਾ ਕੈਸ਼ ਜਮ੍ਹਾਂ ਕਰਾ ਕੇ ਆਉਂਦੇ ਹਾਂ ਤਾਂ ਮੁੜ ਕੇ ਜਿਹੜੀ ਬਾਅਦ 'ਚ ਸੇਲ ਕਰਦੇ ਹਾਂ ਵੀ ਉਹਦੇ ਪੈਸੇ ਤਾਂ ਕੋਲੇ ਹੀ ਹੁੰਦੇ ਆ, ਅਤੇ ਤੁਸੀਂ ਦੇਖਦੇ ਕਿਉਂ ਨਹੀਂ ਬੈਠਕ ਰੱਖਿਆ ਕਰੋ ਜਾਂ ਜ਼ਿੰਮੇਵਾਰੀ ਲੈਂਦੇ ਹਾਂ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਭਾਅ ਜੀ ਹੋ ਗਿਆ ਆਪਣਾ, 3 ਬੈਟਰੀਆਂ ਇਹ ਨਿਕਲ ਗਈਆਂ, 2 ਨਿਕਲ ਗਈਆਂ, 5, ਜਾਣੀ ਕਿ ਆਪਣਾ ਉਹੀ 52-53 ਹਜ਼ਾਰ ਦਾ ਨੁਕਸਾਨ ਹੋ ਗਿਆ 5 ਬੈਟਰੀਆਂ ਦਾ। 5 ਬੈਟਰੀ? ਹਾਂ, ਬੜੀਆਂ ਬੈਟਰੀਆਂ ਹੁੰਦੀਆਂ ਭਾਅ ਜੀ ਇਹਦੇ ਵਿੱਚ, ਹਾਂ 100 ਕਿਲੋ ਵਾਟ ਦੀ ਹੁੰਦੀਆਂ। ਹਾਂ,